हाँ जी, सत श्री अकाल सारे भरावां नूं। की हाल है जी सारयां दा? अज इक सानूं अज परमात्मा दा दित्ता वा तोहफा, जिहनूं आपां कह सकदे हां वी परमात्मा दा दित्ता तोहफा वी सानूं अज दिखा रहे हैं। जिहड़ियां ये वीडियो ये बहुत घट देखण नूं मिलदियां जी। जिहड़ी ये वीडियो है ये हैगी अपने लहिंदे पंजाब दे विच, बहुत वधिया इंसान है जिहड़े मैं इसां ते काम कर रहे हैं, बहुत वधिया प्यार उन्हां नाल। वैसे उन्हां दे कोलों वीडियो मंगवाइयां सानूं दिखाउण वास्ते, क्योंकि चलो वैसे तो उह पाउंदे रहिंदे है ना देखण वास्ते, ते पर अज उन्हां नूं आख्या वी साडे भरावां वास्ते वी असीं पेज दे उत्ते वी पा के वीडियो दिखाउणी है, वी सानूं तुसीं वीडियो भेजो जिद्दां दी वी बनदी है। इहनूं कहिंदे आ जी नीली। सानूं पता पाकिस्तान दे विच जिहड़ी नीली है, जे पाकिस्तान दे विच अख वी नहीं उहदी चिट्टी तां उहनूं अपने पंजाब दे विच वी नीली कहिंदे आ जी। ठीक है, कहणगे बहुत चंगी है, पर जे पंजाब दे विचों नीली मैं इसदी कुदरती बाई चांस दो पैर भी घट चिट्टे आ गए उहनूं कहिंदे आ वी इह नीली रावी है नहीं। ठीक है जी, पहली गल तां इह अंतर है। इह तुहानूं सारे भरावां नूं आम दिखाया वी जिहड़ियां इह चीज़ां तुसीं नोट करो वी जिहड़ी नीली रावी होगी जां नीली मझ हुंदी है जां मोहरा गी, इह कल्ली उहदे कहिण दा भाव वी शरीर बंतर दे हिसाब नाल वी हुंदी है, इह रंग दे हिसाब नाल नहीं हुंदी। ਵੀ ਜੇ ਆਪਾਂ ਕਹਿ ਦਈਏ ਨੀਲੀ ਰਾਵੀ ਦਾ ਰੰਗ ਵੀ ਮੰਨ ਲਓ ਪਰ ਚਾਰੇ ਪੈਰ ਚਿੱਟੇ ਆ ਜਾਂਦੇ ਆ, ਨੀਲੀ ਦੇ ਵਿੱਚ ਇਕੱਲੀ ਅੱਖ ਬਿੱਲੀ ਵੀ ਆ ਜਾਂਦੀ ਆ, ਇਕੱਲਾ ਮੱਥੇ 'ਤੇ ਵੱਲ ਹੁੰਦਾ ਊਂ ਕੁਛ ਆਉਂਦਾ ਨਹੀਂ ਉਹਦੇ ਮਾਰਕ ਹੈ ਨਾ, ਅਤੇ ਇਹਨੂੰ ਵੀ ਆਪਾਂ ਨੀਲੀ ਰਾਵੀ ਮਤਲਬ ਕਹਿੰਦੇ ਹਾਂ। ਜਿਹੜੀ ਨੀਲੀ ਰਾਵੀ ਦੀ ਬਰੀਡ ਹੈ ਇਹਦੀ ਬੋਡੀ ਦੇਖੀ ਜਾਂਦੀ ਹੈ, ਜਿਹੜੀ ਇਹਦੀ ਪਰਮਾਤਮਾ ਨੇ ਬਣਤਰ ਬਣਾਈ ਹੈ ਇਹਨਾਂ ਦੀ ਬੋਡੀ ਹੈ, ਉਹ ਚੀਜ਼ਾਂ ਤੋਂ ਇਹਨਾਂ ਦੀ ਕੁਆਲਿਟੀ ਦਾ ਪਤਾ ਲੱਗਦਾ। ਇਹ ਸਾਡਾ ਦਿਖਾਉਣ ਦਾ ਮਤਲਬ ਸਿਰਫ ਇਹੀ ਹੈ ਸਾਰੇ ਭਰਾਵਾਂ ਨੂੰ ਵੀ ਤੁਸੀਂ ਦੇਖੋ ਵੀ ਜਿਹੜਾ ਕਈ ਵਾਰੀ ਡਾਊਟ ਕਰ ਜਾਂਦੇ, ਅਗਲਾ ਕਹਿੰਦਾ ਯਾਰ ਫਲਾਨਾ ਬੁੱਲ ਕੋਈ ਪਾਕਿਸਤਾਨ ਦੇ ਵਿੱਚੋਂ ਆਇਆ ਹੋਇਆ, ਜਿਵੇਂ ਇੱਕ ਸੂਰਜ ਆਇਆ ਵਾ ਸੀ ਲਾਸਿਮ ਡੈਰੀ ਫਾਰਮਲ ਦਾ, ਅਗਲਾ ਕੋਈ ਕਹਿੰਦਾ ਜੀ ਅੱਖ ਨੀਲੀ ਨਹੀਂ, ਕੋਈ ਕਹਿੰਦਾ ਕੁਛ ਨਹੀਂ ਨੀਲੀ, ਕਿਉਂਕਿ ਜਦੋਂ ਆਪਾਂ ਨੂੰ ਪਤਾ ਵੀ ਜਿਹੜੀ ਨੀਲੀ ਬਰੀਡ ਆਪਾਂ ਦੇਖਦੇ ਹਾਂ ਚੰਗੀ ਤਰ੍ਹਾਂ ਵੀ ਤੁਸੀਂ ਵੀ ਇਹ ਚੀਜ਼ਾਂ ਦੇ ਮਗਰ ਜਾਨੋਂ ਹਟੋ, ਜੇ ਆਪਾਂ ਪੰਜਾਬ ਦੇ ਵਿੱਚ ਦੁੱਧ ਵਧਾਉਣਾ, ਪੰਜਾਬ ਦੇ ਵਿੱਚ ਇੱਦਾਂ ਦੇ ਪਸ਼ੂ ਤਿਆਰ ਕਰਨੇ ਆ, ਪੰਜਾਬ ਦੇ ਵਿੱਚ ਮਹਿੰਗੇ ਮਹਿੰਗੇ ਵਧੀਆ ਚੰਗੇ ਜਾਨਵਰ ਵਿਕਣਗੇ। ਠੀਕ ਹੈ ਜੀ, ਸਭ ਤੋਂ ਵੱਧ ਪੰਜਾਬ ਨੂੰ ਫਾਇਦਾ ਇਹਦੇ ਵਿੱਚ। ਅੱਜ ਇੱਕ ਅੰਕੜੇ ਦੇ ਮੁਕਾਬਲੇ ਹਰਿਆਣੇ ਦੇ ਵਿੱਚੋਂ ਹੀ ਇਕੱਲਾ ਪੰਜਾਬ ਕਰੋੜਾਂ ਰੁਪਈਆਂ ਦੀਆਂ ਮੱਛਾਂ ਖਰੀਦਦਾ ਜੀ, ਅਰਬਾਂ ਦੀਆਂ। ਹਰਿਆਣੇ ਦੇ ਵਿੱਚੋਂ ਅਰਬਾਂ ਦੇ ਪਸ਼ੂ ਪੰਜਾਬ ਖਰੀਦ ਕੇ ਲਿਆਉਂਦਾ। ਠੀਕ ਹੈ, ਕਿਉਂ ਖਰੀਦ ਕੇ ਲਿਆਉਂਦਾ? ਕਿਉਂਕਿ ਨੀਲੀ ਨਸਲ ਤਾਂ ਦੇਖੋ ਪਾਕਿਸਤਾਨ ਦੇ ਵਿੱਚ ਹੈ ਨੀਲੀ, ਇਹ ਲਹਿੰਦੇ ਪੰਜਾਬ ਦੇ ਵਿੱਚ ਹੈ, ਅਤੇ ਆਪਣੇ ਚੜ੍ਹਦੇ ਪੰਜਾਬ ਦੇ ਵਿੱਚੋਂ ਇਹ ਗਾਇਬ ਹੋ ਗਈ। ਕਿਉਂ ਗਾਇਬ ਹੋ ਗਈ? ਕਿਉਂਕਿ ਲੋਕਾਂ ਨੇ ਜੀ ਇਹ ਕੰਮ ਦੇ ਵਿੱਚ ਨਹੀਂ ਦਿੱਤਾ, ਸਰਕਾਰਾਂ ਨੇ ਇਹਦੇ ਵਿੱਚ ਧਿਆਨ ਨਹੀਂ ਦਿੱਤਾ ਬਰੀਡ ਦੇ ਵਿੱਚ, ਇਹ ਸਾਰਾ ਕੁਛ ਇਹੀ ਸਿਸਟਮ ਆਪਣਾ ਚੱਲਦਾ ਰਿਹਾ। ਇਹਦੇ ਲਈ ਸਾਰਿਆਂ ਨੂੰ ਇਹ ਹੈ ਵੀ ਇਹ ਚੀਜ਼ਾਂ ਦੇਖੋ, ਪਰਖੋ, ਉਹ ਜਿਹੀ ਬਰੀਡ ਸੀਮਨ ਭਰਾਓ ਜਿਹੜੇ ਤੁਹਾਨੂੰ ਮੂਰੇ ਕੰਮ ਦੇਣੇ ਆ, ਜਿਨ੍ਹਾਂ ਦੇ ਨਾਲ ਆਪਣੇ ਦੁੱਧ ਦੀ ਪੈਦਾਵਾਰ ਵਧਣੀ ਹੈ। ਜੇ ਦੁੱਧ ਦੀ ਪੈਦਾਵਾਰ ਵੱਧਦੀ ਆ ਤਾਂ ਜੀ ਆਪਾਂ ਵੀ ਖੁਸ਼ ਹਾਂ, ਆਪਣੇ ਘਰ ਦੁੱਧ ਵੱਧ ਹੋਊ, ਦੁੱਧ ਪਾਵਾਂਗੇ ਵੱਧ। ਠੀਕ ਹੈ, ਇਹ ਚੰਗੀਆਂ ਚੀਜ਼ਾਂ। ਜਿਹੜਾ ਸ਼ੌਂਕ ਹੈ ਮਤਲਬ ਚੰਗੇ ਜਾਨਵਰ ਦਾ ਰੱਖੋ ਜੀ, ਚੰਗਾ ਜਾਨਵਰ ਪਾਲੋ, ਉਹਦੀ ਅੱਗੇ ਤੋਂ ਅੱਗੇ ਬਰੀਡ ਬਣਦੀ ਹੈ। ਤੁਹਾਡੇ ਕਰਕੇ ਆਪਾਂ ਇਹਦੇ ਲਈ ਮੈਂ ਵੀਡੀਓ ਮੰਗਵਾਈ ਸੀ ਬਾਈ, ਗਾਹਾਂ ਨੂੰ ਵੀ ਮੰਗਵਾ ਕੇ ਭੇਜਾਂਗੇ ਬਾਈ। ਠੀਕ ਹੈ ਜੀ, ਜੇ ਹੁੰਦਾ ਵਧੀਆ ਲੱਗੇ ਸ਼ੇਅਰ ਲਾਈਕ ਜ਼ਰੂਰ ਕਰਦੇ ਕਰੋ ਬਾਈ, ਜੇ ਤੁਹਾਨੂੰ ਚੰਗੀ ਲੱਗਦੀ ਹੈ। ਜੇ ਇਹਦੇ ਉੱਤੇ ਸ਼ੇਅਰ ਲਾਈਕ ਵੱਧ ਹੋਏ ਜੀ, ਘੱਟੋ ਘੱਟ ਤਕਰੀਬਨ 100 ਸ਼ੇਅਰ ਵੀ ਹੁੰਦਾ ਤਾਂ ਆਪਾਂ ਅੱਗੇ ਤੋਂ ਵੀ ਭਰਾਵਾਂ ਤੋਂ ਮੰਗਵਾ ਕੇ ਇਹ ਵੀਡੀਓ ਤੁਹਾਨੂੰ ਜ਼ਰੂਰ ਦਿਖਾਇਆ ਕਰਾਂਗੇ, ਨੀਲੀ ਦੀਆਂ ਜਾਂ ਅਤੇ ਬਾਕੀ ਸ਼ੇਅਰ ਲਾਈਕ ਜ਼ਰੂਰ ਕਰੋ ਬਾਈ।